ਹੈਲੋ ਦੋਸਤੋ ਬੈਸ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਕਿ ਜੋ ਸਟਾਫ ਨਾਲਸ 120 ਪੋਸਟਾਂ ਦੀ ਰਿਵਾਈਜ਼ਡ ਆਨਸਰ ਕੀ ਯੂਨੀਵਰਸਿਟੀ ਵੱਲੋਂ ਅਪਲੋਡ ਕਰ ਦਿੱਤੀ ਗਈ ਹੈ ਇਸ ਰਿਵਾਈਜ਼ਡ ਆਨਸਰ ਕੀ ਦਾ ਐਨਾਲਿਸਿਸ ਇਸ ਵੀਡੀਓ ਅੰਦਰ ਕਰਾਂਗੇ ਦੇਖਾਂਗੇ ਕਿੰਨੇ ਨੰਬਰ ਕੁਐਸਚਨ ਦਾ ਜੋ ਆਨਸਰ ਅਪਡੇਟ ਹੋਇਆ ਹੈ ਐਂਡ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜੋ ਆਪਾਂ ਪੰਜਾਬੀ ਆਨਸਰ ਕੀ ਦਾ ਐਨਾਲਿਸਿਸ ਕੀਤਾ ਸੀ ਤਾਂ ਉਸ ਵਿੱਚ ਤੁਹਾਨੂੰ ਦੱਸਿਆ ਸੀ ਕਿ ਦੋ ਕੁਐਸਚਨ ਤੁਹਾਡੇ ਜੋ ਓਬਜੈਕਸ਼ਨ ਵਾਲੇ ਨੇ ਤਾਂ ਉਹੀ ਸੇਮ ਕੁਐਸਚਨ ਦੋ ਤੁਹਾਨੂੰ ਅਪਡੇਟ ਕਰਕੇ ਯੂਨੀਵਰਸਿਟੀ ਵੱਲੋਂ ਇਹ ਆਨਸਰ ਕੀਲ ਹੁਣ ਪ੍ਰੋਵਾਈਡ ਕੀਤੀ ਗਈ ਹੈ ਤਾਂ ਜੋ ਹੋਣ ਵਾਲੀ ਆਨਸਰ ਕੀ ਬਿਲਕੁਲ ਸਹੀ ਹੈ ਕਿਉਂਕਿ ਬਹੁਤ ਸਾਰੇ ਜੋ ਚੈਨਲ ਸੀ ਉਹ ਤੁਹਾਨੂੰ ਪੰਜਾਬੀ ਆਨਸਰ ਕੀ ਵਿੱਚ ਚਾਰ ਤੋਂ ਪੰਜ ਕੁਐਸਚਨ ਤੁਹਾਨੂੰ ਓਬਜੈਕਸ਼ਨ ਵਾਲੇ ਦੱਸ ਰਹੇ ਸੀ ਬਟ ਆਪਾਂ ਤੁਹਾਨੂੰ ਦੱਸਿਆ ਸੀ ਸਿਰਫ ਦੋ ਕੁਐਸਚਨ ਦੀ ਓਬਜੈਕਸ਼ਨ ਬੰਦੀ ਹੈ ਦੋ ਕੁਐਸਚਨ ਤੁਹਾਨੂੰ ਅਪਡੇਟ ਹੋਏ ਮਿਲਣਗੇ ਤਾਂ ਸੇਮ ਹੀ ਉਹੀ ਕੁਐਸਚਨ ਅਪਡੇਟ ਕਰਕੇ ਯੂਨੀਵਰਸਿਟੀ ਵੱਲੋਂ ਆਨਸਰ ਕੀ ਦਿੱਤੀ ਗਈ ਹੈ ਠੀਕ ਹੈ ਜੀ ਤਾਂ ਹੁਣ ਜੋ ਆਨਸਰ ਕੀ ਪ੍ਰੋਵਾਈਡ ਕੀਤੀ ਗਈ ਹੈ ਬਿਲਕੁਲ ਪੰਜਾਬੀ ਦੀ ਆਨਸਰ ਕੀ ਬਿਲਕੁਲ ਸਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੋ ਰਵਾਈਡ ਅਨਸਰ ਕੀ ਹੈ ਇਸ ਅੰਦਰ ਜੋ ਪੰਜਾਬੀ ਪੇਪਰ A ਐਂਡ ਨਰਸਿੰਗ ਪੇਪਰ ਅੰਦਰ ਜੋ ਅਨਸਰ ਅਪਡੇਟ ਹੋਏ ਨੇ ਉਹ ਆਪਾਂ ਬਾਹਰ ਕੱਢ ਲਏ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬੀ ਪੇਪਰ A ਦੀ ਇਸ ਅੰਦਰ ਜੋ ਦੋ ਕੁਐਸਚਨ ਤੁਹਾਨੂੰ ਡਿਸਕ੍ਰਿਪਸ਼ਨ ਵਾਲੇ ਦੱਸੇ ਸੀਗੇ ਸੇਮ ਉਹੀ ਕੁਐਸਚਨ ਤੁਹਾਨੂੰ ਅਪਡੇਟ ਹੋਏ ਮਿਲੇ ਨੇ ਪਹਿਲਾ ਜੋ ਕੁਐਸਚਨ ਨੰਬਰ 6 ਸੀਗਾ ਮਾਈ ਦੀ ਵਾਰ ਦੀਆਂ ਕੁੱਲ ਕਿੰਨੀਆਂ ਪੌੜੀਆਂ ਹਨ ਤਾਂ ਯੂਨੀਵਰਸਿਟੀ ਵੱਲੋਂ ਇਸ ਦਾ ਜੋ ਰਾਈਟ ਆਨਸਰ ਕੀਤਾ ਗਿਆ ਸੀਗਾ ਸਸਾ ਮਤਲਬ ਕਿ 22 ਬਟ ਜੋ ਤੁਹਾਨੂੰ ਦੱਸਿਆ ਸੀ ਕਿ ਮਾਈ ਦੀ ਵਾਰ ਦੀਆਂ ਕੁੱਲ 27 ਪੌੜੀਆਂ ਨੇ ਮਤਲਬ ਕਿ ਇਸ ਵਿੱਚ ਜੋ অপਸ਼ਨ ਨਹੀਂ ਸੀ ਤਾਂ ਹੁਣ ਯੂਨੀਵਰਸਿਟੀ ਵੱਲੋਂ ਇਸ ਦਾ ਜੋ ਨੰਬਰ ਦਿੱਤਾ ਗਿਆ ਹੈ ਇਸ ਦਾ ਨੰਬਰ ਸਾਰੇ ਹੀ ਕੈਂਡੀਡੇਟ ਨੂੰ ਮਿਲਣਾ ਭਾਵੇਂ ਤੁਸੀਂ ਕੋਈ ਵੀ ਆਪਸ਼ਨ ਚੂਜ਼ ਕੀਤੀ ਹੈ ਤਾਂ ਸਾਰਿਆਂ ਨੂੰ ਹੀ ਇੱਕ ਨੰਬਰ ਮਿਲਣਾਗਾ ਠੀਕ ਹੈ ਜੀ ਮਤਲਬ ਕਿ ਜਿਹੜੇ ਕੈਂਡੀਡੇਟ ਦੇ 24 ਨੰਬਰ ਬਣਦੇ ਸੀ ਤਾਂ ਉਹਨਾਂ ਦਾ ਜੋ ਇੱਕ ਨੰਬਰ ਵਧ ਜਾਣਾਗਾ 25 ਨੰਬਰ ਬਣ ਜਾਣੇ ਨੇ ਉਸ ਤੋਂ ਬਾਅਦ ਕੁਐਸਚਨ ਨੰਬਰ 9 ਹੈਗਾ ਸ੍ਰੀ ਗੁਰੂ ਗਵਿੰਦ ਸਿੰਘ ਜੀ ਨੇ ਕਿਸ ਸਹਿਰ ਦੀ ਨੀਂਹ ਰੱਖੀ ਸੀ ਤਾਂ ਯੂਨੀਵਰਸਿਟੀ ਵੱਲੋਂ ਜੋ ਰਾਈਟ ਆਨਸਰ ਜੋ ਉੜਾ ਕੀਤਾ ਗਿਆ ਸੀ ਮਤਲਬ ਕਿ ਅਨੰਦਪੁਰ ਸਾਹਿਬ ਪਟਨਾ ਸਾਹਿਬ ਦੀ ਜੋ ਨੀ ਰੱਖੀ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਤਿੰਨਾਂ ਸੈਰਾਂ ਜੋ ਦਿੱਤੇ ਗਏ ਨੇ ਇਹਦੀ ਨੀਗ ਸ੍ਰੀ ਗੁਰੂ ਗਵਿੰਦ ਸਿੰਘ ਜੀ ਵੱਲੋਂ ਨਹੀਂ ਰੱਖੀ ਗਈ ਸੀ ਤਾਂ ਰਾਈਟ ਆਨਸਰ ਆਪਣਾ ਸ ਹੋਣਾ ਸੀਗਾ ਤਾਂ ਹੁਣ ਜੋ ਆਪਣਾ ਆਨਸਰ ਅਪਡੇਟ ਕਰ ਦਿੱਤਾ ਗਿਆ ਹੈ ਰਾਈਟ ਆਨਸਰ ਆਪਣਾ ਜੋ ਸ ਕਰ ਦਿੱਤਾ ਗਿਆ ਹੈ ਜਿਨ੍ਹਾਂ ਕੈਂਡੀਡੇਟ ਨੇ ਜੋ ਸ ਆਨਸਰ ਲਗਾਇਆ ਸੀਗਾ ਤਾਂ ਉਹਨਾਂ ਨੂੰ ਏ ਨੰਬਰ ਮਿਲ ਜਾਣਾ ਹੈ ਹੁਣ ਗੱਲ ਕਰਦੇ ਆਪਾਂ ਨਰਸਿੰਗ ਐਗਜ਼ਾਮ ਦੀ ਤਾਂ ਇਸ ਅੰਦਰ ਜੋ ਪੰਜ ਕੁਐਸਚਨ ਦੇ ਆਨਸਰ ਅਪਡੇਟ ਹੋਏ ਨੇ ਸਭ ਤੋਂ ਪਹਿਲਾਂ ਜੋ 85 ਨੰਬਰ ਕੁਐਸਚਨ ਪਹਿਲਾਂ ਆਨਸਰ ਕੀ ਅੰਦਰ ਜੋ ਬੀ ਰਾਈਟ ਆਨਸਰ ਕੀਤਾ ਸੀ ਹੁਣ ਅਪਡੇਟ ਕਰਕੇ ਏ ਕਰ ਦਿੱਤਾ ਗਿਆ ਹੈ 94 ਨੰਬਰ ਕੁਐਸਚਨ ਦਾ ਪਹਿਲਾਂ ਬੀ ਆਨਸਰ ਕੀਤਾ ਸੀ ਹੁਣ ਏ ਕਰ ਦਿੱਤਾ ਗਿਆ ਹੈ 98 ਨੰਬਰ ਕੁਐਸਚਨ ਦਾ ਜੋ ਪਹਿਲਾਂ ਆਨਸਰ ਡੀ ਕੀਤਾ ਸੀ ਤਾਂ ਹੁਣ ਜੋ ਬੀ ਕਰ ਦਿੱਤਾ ਗਿਆ ਹੈ ਐਂਡ 99 ਦਾ ਸਾਰੇ ਹੀ ਕੈਂਡੀਡੇਟ ਨੂੰ ਏ ਨੰਬਰ ਮਿਲਣਾ ਹੈ ਉਸ ਤੋਂ ਬਾਅਦ 138 ਦਾ ਜੋ ਪਹਿਲਾਂ A ਕੀਤਾ ਸੀ ਤਾਂ ਹੁਣ ਜੋ C ਕਰ ਦਿੱਤਾ ਗਿਆ ਹੈ ਜੇਕਰ ਤੁਸੀਂ ਹੁਣ ਦੀ ਅਨਸਰ ਕੀ ਅਨਸਾਰ ਹੈ ਇਹ ਕੁਐਸਚਨ ਨੰਬਰ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੇ ਅਨਸਰ ਹੋਣ ਵਾਲੀ ਅਨਸਰ ਕੀ ਵਾਂਗ ਲਗਾਏ ਨੇ ਤੁਸੀਂ ਆਪਣੇ ਨੰਬਰ ਲਗਾ ਲੈਣੇ ਨੇ ਤੁਸੀਂ ਨੰਬਰ ਐਡ ਕਰ ਲੈਣੇ ਨੇ ਐਂਡ ਇੱਕ ਨੰਬਰ ਸਾਰੇ ਹੀ ਕੈਂਡੀਡੇਟ ਨੂੰ ਮਿਲਣਾ ਹੈ ਮਤਲਬ ਕਿ ਇੱਕ ਨੰਬਰ ਪੰਜਾਬੀ ਚੋਂ ਇੱਕ ਨਰਸਿੰਗ ਚੋਂ ਸਾਰੇ ਹੀ ਕੈਂਡੀਡੇਟ ਨੂੰ ਇਹ ਨੰਬਰ ਮਿਲਣਾ ਹੈ ਇਸ ਦੇ ਨਾਲ ਅੱਜ ਦੀ ਜੋ ਆਪਣੀ ਵੀਡੀਓ ਸਮਾਪਤ ਹੋਈ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਐਂਡ ਪੰਜਾਬੀ ਪੇਪਰ ਰਿਲੇਟਡ ਸਾਡੇ ਵੱਲੋਂ ਜੋ ਬੈਚ ਸ਼ੁਰੂ ਕੀਤਾ ਗਿਆ ਹੈ ਤਾਂ ਉਸ ਨੂੰ ਜੁਆਇਨ ਜ਼ਰੂਰ ਕਰ ਲੈਣਾ ਤਾਂ ਕਿ ਤੁਸੀਂ ਆਉਣ ਵਾਲੇ ਪੇਪਰ ਦੀ ਚੰਗੀ ਤਰ੍ਹਾਂ ਪ੍ਰਪਰੇਸ਼ਨ ਕਰ ਸਕੋ ਧੰਨਵਾਦ